ਅਸੀਂ ਤੇ ਇਹ ਸੁਣਿਆ ਸੀਗਾ ਕਿ ਜਿਹੜਾ ਜਿਹੜਾ ਸਿੱਖ ਹੈ ਉਹ ਗਰੀਬ ਤੇ ਲਾਚਾਰ ਲੋਕਾਂ ਦੇ ਹੱਕ ਵਿੱਚ ਖੜਦਾ ਹੈ, ਉਹਨਾਂ ਦੀ ਲੜਾਈ ਨੂੰ ਲੜਦਾ ਹੈ ਅਤੇ ਦੂਜੇ ਧਰਮਾਂ ਦੇ ਲਈ ਆਪਣੀ ਜਾਨ ਨੂੰ ਕੁਰਬਾਨ ਕਰ ਦਿੰਦਾ ਹੈ। ਪਰ ਇਹ ਵੇਖੋ ਇਹ ਕਿਹੋ ਜਿਹਾ ਸਿੱਖ ਭਾਈਚਾਰੇ ਦੇ ਵਿੱਚ ਜਿਹੜਾ ਸਿਸਟਮ ਨੂੰ ਚਲਾ ਦਿੱਤਾ ਹੈ ਕੁਝ ਕੁ ਲੋਕਾਂ ਨੇ। ਇਹ ਵੇਖੋ ਇੱਕ ਘਰ ਦੇ ਵਿੱਚ ਜਾ ਕੇ ਇੱਕ ਔਰਤ ਨੂੰ ਡਰਾਇਆ ਜਾ ਰਿਹਾ ਹੈ, ਇੱਕ ਔਰਤ ਨੂੰ ਇਹ ਜਿਹੜਾ ਉਹਦੇ ਉੱਤੇ ਪੂਰਾ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿਉਂਕਿ ਉਹਦਾ ਇੱਕ ਹੀ ਕਸੂਰ ਹੈ, ਉਹਨੇ ਇੱਕ ਗਲਤੀ ਕਰ ਦਿੱਤੀ ਹੈ। ਉਹਦੀ ਗਲਤੀ ਪਤਾ ਹੀ ਕੀ ਹੈ, ਉਹ ਇਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਜੀਵਨ ਦਿੱਤਾ ਹੈ, ਉਹ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਤੁਰ ਪਈ ਹੈ, ਉਹ ਚਰਚ ਜਾਂਦੀ ਹੈ। ਤੇ ਵੇਖੋ ਚਰਚ ਦੇ ਵਿੱਚ ਰੋਕਣ ਦੇ ਲਈ ਇਹ ਕਿਹੜੇ ਹੱਥ ਕੰਡੇ ਅਪਣਾਏ ਜਾ ਰਹੇ ਨੇ। ਖੁਦਾ ਦੇ ਲੋਕੋ, ਸਭ ਤੋਂ ਪਹਿਲਾਂ ਤੁਸੀਂ ਇਹ ਜਿਹੜੀ ਅੱਜ ਦੀ ਆਹ ਵੀਡੀਓ ਦੇਖੋ। ਖੁਦਾ ਦੇ ਲੋਕੋ, ਇਹਦੇ ਵਿੱਚ ਅਸੀਂ ਕੀ ਵੇਖਦੇ ਆ, ਮੈਂ ਹਮੇਸ਼ਾ ਹੀ ਇੱਕ ਗੱਲ ਕਹੀ ਆ ਕਿ ਸਾਡੇ ਲਈ ਬੜੀ ਮਾਣ ਦੀ ਗੱਲ ਆ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਪੰਜਾਬ ਦਾ ਜਿਹੜਾ ਸੂਬਾ ਹੈ ਉਹ ਦੂਜੇ ਸੂਬਿਆਂ ਤੋਂ ਬੜਾ ਹਟ ਕੇ ਆ, ਕਿਉਂਕਿ ਪੰਜਾਬ ਦੇ ਵਿੱਚ ਸਾਰੇ ਧਰਮ ਨੇ ਜਿਹੜੇ ਉਹ ਆਜ਼ਾਦੀ ਦੇ ਨਾਲ ਆਪਣਾ ਕੰਮ ਕਰਦੇ ਨੇ ਤੇ ਪੰਜਾਬ ਦੇ ਵਿੱਚ ਸਾਰੇ ਹਿੰਦੂ ਮੁਸਲਿਮ ਸਿੱਖ ਈਸਾਈ ਜਿਹੜੇ ਮਿਲ ਜੁਲ ਕੇ ਰਹਿੰਦੇ ਨੇ ਤੇ ਪੰਜਾਬ ਦੀ ਜਿਹੜੀ ਸ਼ਾਂਤੀ ਆ ਉਹ ਬੜੀ ਮਹਾਨ ਹੈ। ਪੰਜਾਬ ਦੀਆਂ ਉਦਾਹਰਨਾਂ ਜਿਹੜੀਆਂ ਉਹ ਵੱਖ ਵੱਖ ਜਗ੍ਹਾ ਤੇ ਦਿੱਤੀਆਂ ਜਾਂਦੀਆਂ ਨੇ। ਪੰਜਾਬ ਦਾ ਰੁਤਬਾ ਹੈ ਜਿਹੜਾ ਉਹ ਬੜਾ ਕਾਇਮ ਹੈ। ਔਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਵਾਂ ਕਿ ਵੇਖੋ ਬੀਤੇ ਦਿਨਾਂ ਦੇ ਵਿੱਚ ਸਾਡੇ ਮਾਣਯੋਗ ਸੁਪਰੀਮ ਕੋਰਟ ਨੇ, ਹਾਈ ਕੋਰਟ ਨੇ ਇਹ ਕਾਨੂੰਨ ਨੂੰ ਲਾਗੂ ਕੀਤਾ ਹੈ ਕਿ ਕੋਈ ਵੀ ਬੰਦਾ ਹੈ ਜਿਹੜਾ ਆਪਣੀ ਮਰਜ਼ੀ ਦੇ ਨਾਲ ਆਪਣੇ ਤਰੀਕੇ ਦੇ ਨਾਲ ਆਪਣੇ ਧਰਮ ਦੀ ਉਸਤਤ ਕਰ ਸਕਦਾ ਹੈ, ਆਪਣੇ ਧਰਮ ਵਿੱਚ ਜਾ ਸਕਦਾ ਹੈ, ਕਿਸੇ ਤੇ ਕੋਈ ਪਾਬੰਦੀ ਨਹੀਂ ਹੈ। ਤੇ ਖੁਦਾ ਦੇ ਲੋਕੋ, ਤੁਸੀਂ ਕਿਸੇ ਵੀ ਧਰਮ ਦੇ ਹੋ, ਆਪਣਾ ਆਜ਼ਾਦੀ ਦੇ ਨਾਲ ਪ੍ਰਚਾਰ ਕਰੋ, ਕਿਸੇ ਤੇ ਕੋਈ ਹਕੂਮਤ ਨਹੀਂ ਹੈਗੀ। ਆਹ ਵੇਖੋ ਅਸੀਂ ਕੀ ਵੇਖਦੇ ਪਏ ਆ ਕਿ ਇੱਕ ਜਿਹੜੀ ਗਰੀਬ ਭੈਣ ਆ ਉਹ ਲਾਚਾਰ ਆ ਤੇ ਪੰਚਾਇਤ ਦੇ ਵਿੱਚ ਉਹ ਹੱਥ ਜੋੜਦੀ ਪਈ ਆ, ਅਤੇ ਜਿਹੜੀ ਚਾਰ ਚਪੇਰੇ ਪੰਚਾਇਤ ਬੈਠੀ ਹੋਈ ਆ ਉਹ ਜਿਹੜੇ ਨਿਹੰਗ ਸਿੰਘ ਨੇ, ਸਰਦਾਰ ਨੇ, ਵੇਖੋ ਸਰਦਾਰ ਬੜੇ ਮਹਾਨ ਨੇ, ਨਿਹੰਗ ਸਿੰਘਾਂ ਨੇ ਬੜਾ ਕੁਝ ਪੰਜਾਬ ਦੇ ਲਈ ਕੀਤਾ ਹੈ। ਅਸੀਂ ਸਰਦਾਰਾਂ ਦੀ ਕਦਰ ਕਰਦੇ ਹਾਂ, ਨਿਹੰਗ ਸਿੰਘਾਂ ਦੀ ਵੀ ਕਦਰ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਵੀ ਕਦਰ ਕਰਦੇ ਹਾਂ। ਤੇ ਸਰਦਾਰ ਜੀ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਵਾਂ, ਵੇਖੋ ਪਿਛਲੀ ਵਾਰ ਵੀ ਡੱਡੂਆਣੇ ਦੇ ਵਿੱਚ ਜਿਹੜਾ ਤੁਸੀਂ ਬੜਾ ਹੱਲੜ ਕੀਤਾ ਸੀਗਾ ਔਰ ਉਹਦਾ ਨਤੀਜਾ ਵੇਖੋ ਕੀ ਬਣਿਆ ਵਾ, ਪੰਜਾਬ ਦੀ ਕਿੰਨੀ ਸ਼ਾਂਤੀ ਭੰਗ ਹੋਈ ਆ, ਕਿੰਨਾ ਪ੍ਰਸ਼ਾਸਨ ਤੇ ਸ਼ਾਸਨ ਨੇ ਤੁਹਾਡੇ ਅੱਗੇ ਹੱਥ ਜੋੜੇ ਨੇ ਤੇ ਕਿੰਨਾ ਸ਼ਾਂਤੀ ਦੇ ਨਾਲ ਇਹ ਮੁੱਦੇ ਨੂੰ ਸੁਲਝਾਇਆ ਗਿਆ। ਤੇ ਵੇਖੋ ਤੁਸੀਂ ਫੇਰ ਵੀ ਕਾਨੂੰਨ ਨੂੰ ਹੱਥ ਦੇ ਵਿੱਚ ਲੈ ਕੇ ਤੇ ਇਹ ਗੱਲਾਂ ਕਰਦੇ ਪਏ ਹੋ, ਤੁਸੀਂ ਫੇਰ ਵੀ ਜਾ ਕੇ ਅੱਜ ਉਹ ਇੱਕ ਔਰਤ ਦੇ ਘਰ ਦੇ ਵਿੱਚ ਤੁਸੀਂ ਉਹਨਾਂ ਨੂੰ ਡਰਾ ਰਹੇ ਹੋ, ਧਮਕਾ ਰਹੇ ਹੋ। ਮੈਂ ਕਹਿਣਾ ਚਾਹੁੰਦਾ ਵਾਂ ਕਿ ਵੇਖੋ ਸ਼ਾਸਨ ਤੇ ਪ੍ਰਸ਼ਾਸਨ ਦੇ ਅਧੀਨ ਰਹਿ ਕੇ ਮਸੀਹ ਬੰਦਾ ਕੰਮ ਕਰਦਾ ਹੈ। ਅਸੀਂ ਸ਼ਾਸਨ ਤੇ ਪ੍ਰਸ਼ਾਸਨ ਦੇ ਅਧੀਨ ਰਹਿੰਦੇ ਹਾਂ, ਅਸੀਂ ਉਹਨਾਂ ਦੀ ਕਦਰ ਕਰਦੇ ਹਾਂ, ਅਸੀਂ ਸਾਰੇ ਧਰਮਾਂ ਦਾ ਆਦਰ ਕਰਦੇ ਹਾਂ, ਪਰ ਤੁਸੀਂ ਮੈਨੂੰ ਦੱਸੋ ਇਹ ਕਿਹੜਾ ਢੰਗ ਤੁਸੀਂ ਫੜਿਆ ਹੈ ਕਿ ਤੁਸੀਂ ਇੱਕ ਹਥਿਆਰ ਲੈ ਕੇ ਇੱਕ ਘਰ ਦੇ ਵਿੱਚ ਜਾ ਕੇ ਇਕੱਲੀ ਔਰਤ ਨੂੰ ਡਰਾ ਰਹੇ ਹੋ, ਧਮਕਾ ਰਹੇ ਹੋ, ਉਹ ਹੱਥ ਜੋੜਦੀ ਪਈ ਆ। ਤੁਹਾਨੂੰ ਐਡਾ ਹੀ ਫਿਕਰ ਹੈ ਆਪਣੇ ਧਰਮ ਸ਼ਾਸਤਰ ਦਾ, ਆਪਣਾ ਪ੍ਰਚਾਰ ਕਰਨ ਦਾ ਇੰਨਾ ਹੀ ਸ਼ੌਂਕ ਹੈ ਤੁਹਾਨੂੰ, ਤੁਸੀਂ ਉਹਦੇ ਘਰ ਦੇ ਵਿੱਚ ਖੜ ਕੇ ਕਿਉਂ ਨਹੀਂ ਤੁਸੀਂ ਗੁਰਬਾਣੀ ਸੁਣਾਈ, ਕਿਉਂ ਨਹੀਂ ਗੁਰੂਆਂ ਦੀਆਂ ਕੁਰਬਾਨੀਆਂ ਬਾਰੇ ਦੱਸਿਆ, ਕਿਉਂ ਨਹੀਂ ਉਹਨੂੰ ਪਿਆਰ ਦੇ ਨਾਲ ਗੱਲ ਕੀਤੀ, ਤੁਸੀਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਦੱਸੋ, ਉਹਨਾਂ ਦੇ ਨਾਲ ਪਿਆਰ ਦੇ ਨਾਲ ਗੱਲ ਕਰੋ। ਹੋ ਸਕਦਾ ਹੈ ਕਿ ਉੱਥੋਂ ਦੇ ਪਿੰਡਾਂ ਦੇ ਬੜੇ ਲੋਕ ਨੇ ਜਿਹੜੇ ਉਹ ਤੁਹਾਡੀ ਗੱਲ ਨੂੰ ਮੰਨਣ ਤੇ ਗੁਰਦੁਆਰੇ ਨੂੰ ਮੂੰਹ ਕਰ ਲੈਣ। ਸਾਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਤੁਸੀਂ ਆਪਣੇ ਧਰਮ ਦਾ ਜਿਹੜਾ ਪ੍ਰਚਾਰ ਕਰੋ, ਪਰ ਆਹ ਜਿਹੜਾ ਤਰੀਕਾ ਬਾਬਾ ਜੀ ਤੁਸੀਂ ਅਪਣਾਇਆ ਹੈ, ਨਿਹੰਗ ਸਿੰਘ ਜੀ ਤੁਹਾਡਾ ਜਿਹੜਾ ਤਰੀਕਾ ਹੈ ਇਹ ਬਿਲਕੁਲ ਗਲਤ ਹੈ, ਇਹ ਪੰਜਾਬ ਨੂੰ ਜਿਹੜਾ ਸ਼ਾਂਤੀ ਹੈ ਜਿਹੜੀ ਪੰਜਾਬ ਦੀ ਸ਼ਾਂਤੀ ਭੰਗ ਕਰ ਰਹੇ ਹੋ ਤੁਸੀਂ। ਤੁਸੀਂ ਸਾਰੇ ਧਰਮ ਦੇਖੋ, ਤੁਹਾਡਾ ਧਰਮ ਹੈ ਜਿਹੜਾ ਬੜਾ ਮਹਾਨ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਲਿਖੀਆਂ ਨੇ, ਅਸੀਂ ਸੁਣਦੇ ਹਾਂ ਰੋਜ਼ ਗੁਰਦੁਆਰਿਆਂ 'ਚ ਵੱਜਦਾ, ਤੁਸੀਂ ਉੱਥੇ ਕਿਉਂ ਨਹੀਂ ਦੱਸਿਆ, ਤੁਸੀਂ ਉੱਥੇ ਪਵਿੱਤਰ ਆਤਮਾ ਦਾ ਮਜ਼ਾਕ ਉਡਾ ਰਹੇ ਹੋ। ਅਸੀਂ ਤੁਹਾਡੀ ਕਦਰ ਕਰਦੇ ਹਾਂ, ਅਸੀਂ ਤੁਹਾਨੂੰ ਸਿੰਘ ਸਾਹਿਬ ਸਾਧਦੇ ਹਾਂ, ਅਸੀਂ ਤੁਹਾਡੇ ਧਰਮ ਸ਼ਾਸਤਰ ਦੀ ਕਦਰ ਕਰਦੇ।
ਆ ਪਰ ਤੁਸੀਂ ਤੁਸੀਂ ਇੱਕ ਘਰ ਘਰ ਦੇ ਵਿੱਚ ਜਾ ਕੇ ਡਾਂਗ ਦੇ ਜ਼ੋਰ ਦੇ ਉੱਤੇ ਤੁਸੀਂ ਜਿਹੜਾ ਸਾਡੇ ਮਸੀਹ ਭਾਈਚਾਰੇ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਹੋ ਤੇ ਇਹ ਜ਼ਿਆਦਾ ਤੇਰ ਨਹੀਂ ਚੱਲਣਾ। ਅਸੀਂ ਬੜਾ ਕੁਝ ਬਰਦਾਸ਼ਤ ਕੀਤਾ ਪਰ ਹੁਣ ਬਰਦਾਸ਼ਤ ਨਹੀਂ ਹੋ ਸਕਦਾ। ਅਸੀਂ ਜ਼ਰੂਰ ਸ਼ਾਸਨ ਦੇ ਪ੍ਰਸ਼ਾਸਨ ਦੀ ਮਦਦ ਲਵਾਂਗੇ, ਉਹਨਾਂ ਨੂੰ ਕਵਾਂਗੇ ਕਿ ਤੁਸੀਂ ਇਹਨਾਂ ਲੋਕਾਂ ਤੋਂ ਪੁੱਛੋ ਕਿ ਆਖਰ ਇਹ ਅਧਿਕਾਰ ਇਹਨਾਂ ਨੂੰ ਕਿਉਂ ਦਿੱਤਾ ਗਿਆ। ਹਾਲੇਲੂਇਆ ਹਾਲੇਲੂਇਆ ਹਾਲੇ ਲੁਇਆ।